स्कूल तो अपने मासूम 3 साल के बच्चे नू लेके आ रहे इस परिवार के नाल एक दर्दनाक पाणा वापर गया, जिथे सामने तो आ रहे टिप्पर के नाल इस कार की टक्कर हो गई, जिस दे विच 3 साल का मासूम बच्चा, 18 साल की एक कुड़ी अते उसकी बजुर्ग माँ शामिल। पता लग्या कि एक बंदा भी इस गड्डी दे विच सी जो कि पिछली सीट के उपर सी। इको परिवार के 4 मैंबरां दे नाल एक दुखद हादसा होया। राहगीरां दे वल्लों जिन्हां ने ही अपनी अखी सारा मंजर देखिया, उन्हां दा कहना सी कि इस दे विच मुश्किल ही है कि कोई बच पाया होवेगा, क्योंकि कार नूं कट कट के विचों परिवारिक जीआं नूं बाहर कढ़िया गया सी। हालात इहो जिहे सन कि हरेक दी ही हालत गंभीर सी। जिहड़ी कुड़ी कार चला रही सी उस दीआं लत्तां तक टुटण दी गल सामने आ रही है, ते कार दे विच मौजूद बाकी जीआं दी जान जाण दी वी दुखद खबर सामने आ। फिलहाल इस नूं लै के पुलिस दा कहना है कि पुष्टि उस समय ही होवेगी जदों उह हस्पताल जा के देखणगे। ਇਹ ਭਿਆਨਕ ਸੜਕ ਹਾਦਸਾ ਨਾਭਾ ਪਟਿਆਲਾ ਰੋਡ 'ਤੇ ਵਾਪਰਿਆ, ਜਿੱਥੇ ਸਵਿਫਟ ਕਾਰ ਅਤੇ ਇੱਕ ਟਿੱਪਰ ਦੀ ਟੱਕਰ ਹੋ ਗਈ। ਇੱਕ ਕਾਰ ਦੇ ਵਿੱਚ 4 ਪਰਿਵਾਰਿਕ ਮੈਂਬਰ ਸਵਾਰ ਸਨ। ਸਵਿਫਟ ਕਾਰ ਦੇ ਵਿੱਚ ਉਹ ਜਾ ਰਹੇ ਸਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਉਹ ਸਕੂਲ ਤੋਂ ਸ਼ਾਇਦ ਬੱਚੇ ਨੂੰ ਲੈ ਕੇ ਆ ਰਹੀ ਸੀ, ਜਿਸ ਤੋਂ ਬਾਅਦ ਇਹ ਦਰਦਨਾਕ ਹਾਦਸਾ ਹੋਇਆ। 3 ਸਾਲ ਦਾ ਮਾਸੂਮ ਬੱਚਾ ਇਸ ਕਾਰ ਦੇ ਵਿੱਚ ਸਵਾਰ ਸੀ। 18 ਸਾਲ ਦੀ ਲੜਕੀ ਇਸ ਕਾਰ ਨੂੰ ਚਲਾ ਰਹੀ ਸੀ। 3 ਸਾਲ ਦੇ ਬੱਚੇ ਬਾਰੇ ਇਹ ਖਬਰ ਜ਼ਰੂਰ ਆ ਰਹੀ ਹੈ ਕਿ ਉਸਦੀ ਹਾਲਤ ਬੇਹੱਦ ਹੀ ਜ਼ਿਆਦਾ ਨਾਜ਼ੁਕ ਸੀ। ਸਿਰ ਦੇ ਉੱਪਰ ਉਸਦੇ ਸੱਟ ਲੱਗੀ ਹੈ, ਅਤੇ ਲੜਕੀ ਦੀ ਹਾਲਤ ਇਹੋ ਜਿਹੀ ਸੀ ਕਿ ਉਸਦਾ ਲੱਤਾਂ ਤੱਕ ਟੁੱਟ ਗਈਆਂ ਹੋਣੀਆਂ ਨੇ। ਪਰਿਵਾਰਿਕ ਮੈਂਬਰ ਜ਼ਖਮੀ ਨੇ। ਸਭ ਦੀ ਹੀ ਹਾਲਤ ਨਾਜ਼ੁਕ ਸੀ। ਪਤਾ ਲੱਗਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ। ਰਾਹਗੀਰਾਂ ਦੇ ਵੱਲੋਂ ਇਹ ਆਪਣੀ ਅੱਖੀਂ ਦੇਖਿਆ ਗਿਆ ਸੀ। ਪਟਿਆਲਾ ਦੇ ਨਜ਼ਦੀਕ ਪਿੰਡ ਤਥਲਾਨ ਦਾ ਰਹਿਣ ਵਾਲਾ ਸੀ ਇਹ ਪਰਿਵਾਰ। ਨਾਭਾ ਤੋਂ ਇਹ ਪਰਿਵਾਰ ਸਕੂਲ ਦੇ ਵਿੱਚੋਂ ਬੱਚੇ ਨੂੰ ਵਾਪਸ ਘਰ ਲੈ ਕੇ ਜਾ ਰਿਹਾ ਸੀ, ਜਿਸ ਸਮੇਂ ਇਹ ਗੰਭੀਰ ਹਾਦਸਾ ਹੋਇਆ। ਪਟਿਆਲਾ ਤੋਂ ਆ ਰਹੇ ਬਜਰੀ ਦੇ ਭਰੇ ਹੋਏ ਟਿੱਪਰ ਦੇ ਨਾਲ ਇਸ ਕਾਰ ਦੀ ਟੱਕਰ ਹੋਈ ਹੈ, ਜਿਸ ਤੋਂ ਬਾਅਦ ਇਹ ਪਰਿਵਾਰ ਖੇਰੂ ਖੇਰੂ ਹੋ ਗਿਆ। ਇਸ ਮੌਕੇ 'ਤੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਟਿੱਪਰ ਦੇ ਨਾਲ ਕਾਰ ਦੀ ਸਿੱਧੀ ਟੱਕਰ ਹੋਈ ਹੈ। ਬਚਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਫਿਰ ਵੀ ਹਾਲਾਤ ਬੇਹੱਦ ਹੀ ਜ਼ਿਆਦਾ ਗੰਭੀਰ ਬਣ ਚੁੱਕੇ ਸਨ। ਇੱਕ ਈ ਰਿਕਸ਼ਾ ਚਾਲਕ ਦੇ ਵੱਲੋਂ ਦੱਸਿਆ ਗਿਆ ਕਿ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਹੀ ਮੁਸ਼ੱਕਤ ਦੇ ਨਾਲ ਧਾਕੀਆਂ ਤੋੜ ਤੋੜ ਕੇ ਬਾਹਰ ਕੱਢਿਆ ਗਿਆ। ਹਾਲਤ ਉਹਨਾਂ ਦੀ ਕਾਫੀ ਨਾਜ਼ੁਕ ਬਣੀ ਹੋਈ ਸੀ, ਅਤੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਇਸ ਮੌਕੇ 'ਤੇ ਪੁਲਿਸ ਚੌਂਕੀ ਇੰਚਾਰਜ ਪਹੁੰਚ ਚੁੱਕੇ ਸਨ। ਕਾਰ ਅਤੇ ਟਿੱਪਰ ਦੀ ਟੱਕਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿੰਝ ਜਿਹੇ ਹਾਦਸਾ ਹੋਇਆ, ਅਤੇ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਇਹ ਗੱਡੀ ਮੈਂ ਨਾ ਜੀ ਰਿਕਸ਼ਾ ਚਲਾਉਣਾ ਜੀ, ਮੈਂ ਨਾ ਲੈ ਕੇ ਆ ਰਿਹਾ ਸੀਗਾ ਇੱਧਰੋਂ, ਅਤੇ ਇੱਧਰੋਂ ਅਚਾਨਕ ਹੀ ਗੱਡੀ ਇਹ ਸਵਿਫਟ ਆ ਜਿਹੜੀ ਪਈ, ਪਹਿਲਾਂ ਇਹ ਇੱਧਰੋਂ ਕੱਚੇ 'ਚ ਉੱਤਰ ਗਈ, ਅਤੇ ਇੱਕ ਲੱਖਤੀ ਉਹਨਾਂ ਨੇ ਸੈਂਟਰ 'ਚ ਕਰ ਲਈ। ਇੱਧਰੋਂ ਜਿਹੜਾ ਟਿੱਪਰ ਆ ਉਹ ਰੋੜਿਆਂ ਦਾ ਭਰਿਆ ਭੱਜਿਆ ਆ ਰਿਹਾ ਸੀਗਾ, ਬਟ ਅਚਾਨਕ ਹੀ ਫਿਰ ਇਹਨਾਂ ਦੀ ਟੱਕਰ ਹੋ ਗਈ ਅਤੇ ਗੱਡੀ ਇੱਧਰ ਉੱਤਰ ਗਈ, ਟਿੱਪਰ ਜਾ ਕੇ ਗਾਹਾਂ ਰੁਕਿਆ, ਉਹ ਤੋਂ ਬ੍ਰੇਕ ਨਹੀਂ ਲੱਗੇ ਸੀ। ਗੱਡੀ 'ਚ ਇੱਕ ਲੇਡੀ ਸੀਗੀ ਜੀ, ਅਤੇ ਕੁੜੀ ਚਲਾ ਰਹੀ ਸੀਗੀ, ਅਤੇ ਇੱਕ ਛੋਟਾ ਬੱਚਾ ਸੀਗਾ, ਅਤੇ ਇੱਕ ਮੁੰਡਾ ਸੀਗਾ, ਉਹ ਪਿੱਛੇ ਪਿਆ ਹੀ ਸੀਗਾ। ਬਸ ਬੱਚਾ 3 ਕੁ ਸਾਲ ਦਾ ਸੀਗਾ ਜੀ, 3.5 ਸਾਲ ਦਾ ਹੋਊਗਾ, ਅਤੇ ਲੇਡੀਜ਼ ਦੀ ਉਮਰ ਥੋੜ੍ਹੀ ਖਾਸ ਹੀ ਸੀਗੀ, 35-40 ਸਾਲ ਦੀ ਹੋਊ, ਅਤੇ ਕੁੜੀ 17-18 ਸਾਲ ਦੀ। ਜਿਹੜੀ ਕੁੜੀ ਚਲਾ ਰਹੀ ਸੀ, ਮਤਲਬ ਉਹਦੀਆਂ ਤਾਂ ਲੱਤਾਂ ਪੂਰੀਆਂ ਵਿੱਚ ਆਈਆਂ ਪਈਆਂ ਸੀ, ਇਹਦੇ ਸਟੇਅਰਿੰਗ ਵਗੈਰਾ ਜਿਵੇਂ ਟੁੱਟਿਆ ਹੋਇਆ, ਬਾਕੀ ਸਾਈਡ 'ਤੇ ਸ਼ਾਇਦ ਉਹਨਾਂ ਦੇ ਮਾਤਾ ਜੀ ਸੀਗੇ, ਉਹਨਾਂ ਦਾ ਵੀ ਮਤਲਬ ਉਹ ਟਾਕੀ ਪਾੜ ਕੇ ਟਾਕੂਆਂ ਵਗੈਰਾ ਨਾਲ ਉਹ ਕੱਢੇ ਨੇਗੇ, ਅਤੇ ਪਿੱਛੇ ਜਿਹੜਾ ਇੱਕ ਬੱਚਾ ਛੋਟਾ ਉਹ ਪਹਿਲਾਂ ਕੱਢ ਲਿਆ ਸੀ, ਪਿੱਛੇ ਇੱਕ ਜੈਂਟਸ ਸੀ ਉਹ ਵੀ ਪਹਿਲਾਂ ਕੱਢ ਲਏ ਸੀ। ਚਾਰ ਬੰਦੇ ਤੇ ਜੀ, ਹਾਂ ਇੱਕ ਛੋਟੇ ਬੱਚੇ ਸਮੇਤ ਜੀ, ਮਤਲਬ 2 ਲੇਡੀਜ਼ ਮੂਹਰੇ ਸੀਗਾ, ਅਤੇ ਇੱਕ ਬੱਚਾ ਅਤੇ ਇੱਕ ਜੈਂਟਸ ਜਿਹੜੇ ਉਹ ਪਿੱਛੇ ਸੀਗੇ। ਹਾਂਜੀ, ਚਾਰ ਜਣੇ ਪੂਰੇ। ਹਾਲਾਤ ਸਰ ਜਿਹੜੇ ਮੈਂ ਦੇਖਣੇ, ਜਿਹੜੇ ਮੂਹਰੇ ਵਾਲੇ ਸੀ ਉਹਨਾਂ ਦੀ ਠੀਕ ਆ, ਮਤਲਬ ਸੱਟਾਂ ਕਾਫੀ ਨੇ ਜ਼ਿਆਦਾ, ਵੀ ਜਾਣੀ ਹੋ ਸਕਦਾ ਲੱਤਾਂ ਵੀ ਟੁੱਟ ਗਈਆਂ ਹੁਣ ਆਹ ਕੁੜੀ ਦੀਆਂ, ਜਾਣੀ ਬੱਚਾ ਜਿਹੜਾ ਮੈਂ ਤੋਂ ਪਹਿਲਾਂ ਲੈ ਗਏ ਸੀ ਉਹਦੇ ਬਾਰੇ ਮੈਂ ਦੇਖਿਆ, ਉਹਦੇ ਸਿਰ 'ਚ ਸੱਟ ਕਾਫੀ ਕਹਿੰਦੇ ਨੇ ਵੀ ਲੱਗੀ ਆ। ਇੱਥੇ ਐਕਸੀਡੈਂਟ ਹੋਇਆ, ਇੱਕ ਨਾ ਟਿੱਪਰ ਸੀਗਾ ਜਿਹੜਾ ਪਟਿਆਲਾ ਸਾਈਡ ਤੋਂ ਆ ਰਿਹਾ ਸੀਗਾ, ਅਤੇ ਇੱਥੋਂ ਸਵਿਫਟ ਗੱਡੀ ਸੀਗੀ, ਇਹਦੇ ਵਿੱਚ ਨਾ ਆਪਸ 'ਚ ਐਕਸੀਡੈਂਟ ਹੋ ਗਿਆ ਦੋਨਾਂ ਦਾ, ਅਤੇ ਹੁਣ ਬਾਕੀ ਦੇਖ ਰਿਹਾ ਮੈਂ ਪਤਾ ਕਰ ਰਿਹਾ, ਬਾਕੀ ਪਤਾ ਜਿਵੇਂ ਮੈਂ ਇੱਥੇ ਪਬਲਿਕ ਵਗੈਰਾ ਵੀ ਖੜੀ ਹੈ, ਉਹਨਾਂ ਤੋਂ ਵੀ ਪਤਾ ਕੀਤਾ ਸਾਰਾ। ਉਹਦੇ ਵਿੱਚ ਇੱਕ ਮਦਰ ਅਤੇ ਉਹਦੀ ਮੇਰੇ ਖਿਆਲ 'ਚ ਦੋਨੋਂ ਮਦਰ ਸੀਗੇ, ਅਤੇ ਉਹਦਾ ਬੇਟਾ ਸੀਗਾ ਮੇਰੇ ਖਿਆਲ, ਇਹ ਸਕੂਲ ਵਗੈਰਾ ਤੋਂ ਮੇਰੇ ਖਿਆਲ 'ਚ ਲੈ ਕੇ ਆ ਰਹੇ ਸੀਗੇ, ਆਉਂਦੇ ਉਹਨੂੰ ਐਕਸੀਡੈਂਟ ਹੋਇਆ, ਪਤਾ ਨਹੀਂ ਹੈ। ਬਾਕੀ ਅਸੀਂ ਇਹਨਾਂ ਨੂੰ ਭੇਜਤਾ ਰਜਿੰਦਰ ਹੋਸਪਿਟਲ, ਬਾਕੀ ਪਤਾ ਕਰ ਰਹੇ ਹਾਂ ਸਾਰਾ ਕੁਛ ਅਸੀਂ। ਇਹ ਖਬਰ ਜ਼ਰੂਰ ਆ ਰਹੀ ਹੈ ਕਿ ਉਸਦੀ ਹਾਲਤ ਬੇਹੱਦ ਹੀ ਜ਼ਿਆਦਾ ਨਾਜ਼ੁਕ ਸੀ, ਸਿਰ ਦੇ ਉੱਪਰ ਉਸਦੇ ਸੱਟ ਲੱਗੀ ਹੈ, ਅਤੇ ਲੜਕੀ ਦੀ ਹਾਲਤ ਇਹੋ ਜਿਹੀ ਸੀ ਕਿ ਉਸਦਾ
ਲੱਤਾਂ ਤੱਕ ਟੁੱਟ ਗਈਆਂ ਹੋਣੀਆਂ ਨੇ। ਪਰਿਵਾਰਿਕ ਮੈਂਬਰ ਜ਼ਖਮੀ ਨੇ। ਸਭ ਦੀ ਹੀ ਹਾਲਤ ਨਾਜ਼ੁਕ ਸੀ। ਪਤਾ ਲੱਗਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ। ਰਾਹਗੀਰਾਂ ਦੇ ਵੱਲੋਂ ਇਹ ਆਪਣੀ ਅੱਖੀਂ ਦੇਖਿਆ ਗਿਆ ਸੀ। ਪਟਿਆਲਾ ਦੇ ਨਜ਼ਦੀਕ ਪਿੰਡ ਤਥਲਾਨ ਦਾ ਰਹਿਣ ਵਾਲਾ ਸੀ ਇਹ ਪਰਿਵਾਰ। ਨਾਭਾ ਤੋਂ ਇਹ ਪਰਿਵਾਰ ਸਕੂਲ ਦੇ ਵਿੱਚੋਂ ਬੱਚੇ ਨੂੰ ਵਾਪਸ ਘਰ ਲੈ ਕੇ ਜਾ ਰਿਹਾ ਸੀ, ਜਿਸ ਸਮੇਂ ਇਹ ਗੰਭੀਰ ਹਾਦਸਾ ਹੋਇਆ। ਪਟਿਆਲਾ ਤੋਂ ਆ ਰਹੇ ਬਜਰੀ ਦੇ ਭਰੇ ਹੋਏ ਟਿੱਪਰ ਦੇ ਨਾਲ ਇਸ ਕਾਰ ਦੀ ਟੱਕਰ ਹੋਈ ਹੈ, ਜਿਸ ਤੋਂ ਬਾਅਦ ਇਹ ਪਰਿਵਾਰ ਖੇਰੂ ਖੇਰੂ ਹੋ ਗਿਆ। ਇਸ ਮੌਕੇ 'ਤੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਟਿੱਪਰ ਦੇ ਨਾਲ ਕਾਰ ਦੀ ਸਿੱਧੀ ਟੱਕਰ ਹੋਈ ਹੈ। ਬਚਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਫਿਰ ਵੀ ਹਾਲਾਤ ਬੇਹੱਦ ਹੀ ਜ਼ਿਆਦਾ ਗੰਭੀਰ ਬਣ ਚੁੱਕੇ ਸਨ। ਇੱਕ ਈ ਰਿਕਸ਼ਾ ਚਾਲਕ ਦੇ ਵੱਲੋਂ ਦੱਸਿਆ ਗਿਆ ਕਿ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਹੀ ਮੁਸ਼ੱਕਤ ਦੇ ਨਾਲ ਧਾਕੀਆਂ ਤੋੜ ਤੋੜ ਕੇ ਬਾਹਰ ਕੱਢਿਆ ਗਿਆ। ਹਾਲਤ ਉਹਨਾਂ ਦੀ ਕਾਫ਼ੀ ਨਾਜ਼ੁਕ ਬਣੀ ਹੋਈ ਸੀ ਅਤੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਇਸ ਮੌਕੇ 'ਤੇ ਪੁਲਿਸ ਚੌਂਕੀ ਇੰਚਾਰਜ ਪਹੁੰਚ ਚੁੱਕੇ ਸਨ। ਕਾਰ ਅਤੇ ਟਿੱਪਰ ਦੀ ਟੱਕਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿੰਜਿਹੇ ਹਾਦਸਾ ਹੋਇਆ ਅਤੇ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਇਹ ਗੱਡੀ ਮੈਂ ਨਾ ਈ ਰਿਕਸ਼ਾ ਚਲਾਉਣਾ ਜੀ, ਮੈਂ ਨਾ ਲੈ ਕੇ ਆ ਰਿਹਾ ਸੀਗਾ ਇੱਧਰੋਂ, ਅਤੇ ਇੱਧਰੋਂ ਅਚਾਨਕ ਹੀ ਗੱਡੀ ਇਹ ਸਵਿਫਟ ਆ ਜਿਹੜੀ ਪਈ, ਪਹਿਲਾਂ ਇਹ ਇੱਧਰੋਂ ਕੱਚੇ 'ਚ ਉੱਤਰ ਗਈ ਅਤੇ ਇੱਕ ਲੱਖਤੀ ਉਹਨਾਂ ਨੇ ਸੈਂਟਰ 'ਚ ਕਰ ਲਈ। ਇੱਧਰੋਂ ਜਿਹੜਾ ਟਿੱਪਰ ਆ ਉਹ ਰੋੜਿਆਂ ਦਾ ਭਰਿਆ ਭੱਜਿਆ ਆ ਰਿਹਾ ਸੀਗਾ, ਬਟ ਅਚਾਨਕ ਹੀ ਫਿਰ ਇਹਨਾਂ ਦੀ ਟੱਕਰ ਹੋ ਗਈ ਅਤੇ ਗੱਡੀ ਇੱਧਰ ਉੱਤਰ ਗਈ, ਟਿੱਪਰ ਜਾ ਕੇ ਗਾਹਾਂ ਰੁਕਿਆ, ਉਹ ਤੋਂ ਬ੍ਰੇਕ ਨਹੀਂ ਲੱਗੇ। ਗੱਡੀ 'ਚ ਇੱਕ ਲੇਡੀ ਸੀਗੀ ਜੀ ਅਤੇ ਕੁੜੀ ਚਲਾ ਰਹੀ ਸੀਗੀ ਅਤੇ ਇੱਕ ਛੋਟਾ ਬੱਚਾ ਸੀਗਾ ਅਤੇ ਇੱਕ ਮੁੰਡਾ ਸੀਗਾ, ਉਹ ਪਿੱਛੇ ਪਿਆ ਹੀ ਸੀਗਾ ਬਸ। ਬੱਚਾ 3 ਸਾਲ ਦਾ ਸੀਗਾ ਜੀ, 3.5 ਸਾਲ ਦਾ ਹੋਊਗਾ, ਅਤੇ ਲੇਡੀਜ਼ ਦੀ ਉਮਰ ਥੋੜ੍ਹੀ ਖਾਸ ਹੀ ਸੀਗੀ, 35-40 ਸਾਲ ਦੀ ਹੋਊ, ਅਤੇ ਕੁੜੀ 17-18 ਸਾਲ ਦੀ। ਜਿਹੜੀ ਕੁੜੀ ਚਲਾ ਰਹੀ ਸੀ, ਮਤਲਬ ਉਹਦੀਆਂ ਤਾਂ ਲੱਤਾਂ ਪੂਰੀਆਂ ਵਿੱਚ ਆਈਆਂ ਹੋਈਆਂ ਸੀ, ਇਹਦੇ ਸਟੇਅਰਿੰਗ ਵਗੈਰਾ ਜਿਵੇਂ ਟੁੱਟਿਆ ਹੋਇਆ, ਬਾਕੀ ਸਾਈਡ 'ਤੇ ਸ਼ਾਇਦ ਉਹਨਾਂ ਦੇ ਮਾਤਾ ਜੀ ਸੀਗੇ, ਉਹਨਾਂ ਦਾ ਵੀ ਮਤਲਬ ਉਹ ਟਾਕੀ ਪਾੜ ਕੇ ਟਾਕੂਆਂ ਵਗੈਰਾ ਨਾਲ ਉਹ ਕੱਢੇ ਨੇਗੇ, ਅਤੇ ਪਿੱਛੇ ਜਿਹੜਾ ਇੱਕ ਬੱਚਾ ਛੋਟਾ ਉਹ ਪਹਿਲਾਂ ਕੱਢ ਲਿਆ ਸੀ, ਪਿੱਛੇ ਇੱਕ ਜੈਂਟਸ ਸੀ ਉਹ ਵੀ ਪਹਿਲਾਂ ਕੱਢ ਲਏ ਸੀ। 4 ਬੰਦੇ ਤੇ ਜੀ, 4 ਬੰਦੇ, ਹਾਂ ਇੱਕ ਛੋਟੇ ਬੱਚੇ ਸਮੇਤ ਜੀ, ਮਤਲਬ 2 ਲੇਡੀਜ਼ ਮੂਹਰੇ ਸੀਗੀਆਂ ਅਤੇ ਇੱਕ ਬੱਚਾ ਅਤੇ ਇੱਕ ਜੈਂਟਸ ਜਿਹੜੇ ਉਹ ਪਿੱਛੇ ਸੀਗੇ। ਹਾਂਜੀ, ਚਾਰ ਜਣੇ ਪੂਰੇ। ਹਾਲਾਤ ਸਰ ਜਿਹੜੇ ਮੈਂ ਦੇਖਣੇ, ਜਿਹੜੇ ਮੂਹਰੇ ਵਾਲੇ ਸੀ ਉਹਨਾਂ ਦੀ ਤਾਂ ਠੀਕ ਆ, ਮਤਲਬ ਸੱਟਾਂ ਕਾਫ਼ੀ ਨੇ ਜ਼ਿਆਦਾ, ਵੀ ਜਾਣੀ ਹੋ ਸਕਦਾ ਲੱਤਾਂ ਵੀ ਟੁੱਟ ਗਈਆਂ ਹੁਣ ਆਹ ਕੁੜੀ ਦੇ ਨਾਲ, ਯਾਨੀ ਬੱਚਾ ਜਿਹੜਾ ਉਹ ਮੇਰੇ ਤੋਂ ਪਹਿਲਾਂ ਲੈ ਗਏ ਸੀ, ਉਹਦੇ ਬਾਰੇ ਮੈਂ ਦੇਖਿਆ, ਉਹਦੇ ਸਿਰ 'ਚ ਸੱਟ ਕਾਫ਼ੀ ਕਹਿੰਦੇ ਨੇ ਵੀ ਲੱਗੀ ਆ। ਇੱਥੇ ਐਕਸੀਡੈਂਟ ਹੋਇਆ, ਇੱਕ ਨਾ ਟਿੱਪਰ ਸੀਗਾ ਜਿਹੜਾ ਪਟਿਆਲਾ ਸਾਈਡ ਤੋਂ ਆ ਰਿਹਾ ਸੀਗਾ, ਅਤੇ ਇੱਥੋਂ ਸਵਿਫਟ ਗੱਡੀ ਸੀਗੀ, ਇਹਦੇ ਵਿੱਚ ਨਾ ਆਪਸ 'ਚ ਐਕਸੀਡੈਂਟ ਹੋ ਗਿਆ ਨਾ ਦੋਨਾਂ ਦਾ, ਅਤੇ ਬਾਕੀ ਦੇਖ ਰਿਹਾ ਮੈਂ ਪਤਾ ਕਰ ਰਿਹਾ, ਬਾਕੀ ਪਤਾ ਜਿਵੇਂ ਮੈਂ ਇੱਥੇ ਪਬਲਿਕ ਵਗੈਰਾ ਵੀ ਖੜੀ ਇਹਨਾਂ ਤੋਂ ਵੀ ਪਤਾ ਕੀਤਾ ਸਾਰਾ। ਉਹਦੇ ਵਿੱਚ ਇੱਕ ਮਦਰ ਅਤੇ ਉਹਦੀ ਮੇਰੇ ਖਿਆਲ 'ਚ ਦੋਨੋਂ ਮਦਰ ਸੀਗੇ, ਅਤੇ ਉਹਦਾ ਬੇਟਾ ਸੀਗਾ ਮੇਰੇ ਖਿਆਲ, ਇਹ ਸਕੂਲ ਵਗੈਰਾ ਤੋਂ ਮੇਰੇ ਖਿਆਲ 'ਚ ਲੈ ਕੇ ਆ ਰਹੇ ਸੀਗੇ, ਆਉਂਦੇ ਉਹਨੂੰ ਐਕਸੀਡੈਂਟ ਹੋਇਆ, ਪਤਾ ਨਹੀਂ ਹੈ, ਬਾਕੀ ਅਸੀਂ ਇਹਨਾਂ ਨੂੰ ਭੇਜਤਾ ਰਜਿੰਦਰਾ ਹੋਸਪਿਟਲ, ਬਾਕੀ ਪਤਾ ਕਰ ਰਹੇ ਸਾਰਾ ਕੁਛ ਅਸੀਂ।